ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਦੇ ਦਰਸ਼ਕੋ, ਇਸ ਵੇਲੇ ਪੰਜਾਬ ਦੇ ਵਿੱਚੋਂ ਸੰਘਰਸ਼ ਦੇ ਨਾਲ ਸੰਬੰਧਿਤ 1984 ਤੋਂ ਵੀ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਦੇ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਤੇ ਅੱਜ ਵੀ ਸਿੱਖ ਸੰਘਰਸ਼ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਬਾਰੇ ਫਿਕਰਮੰਦ ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਉਹ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸੁਸਾਦ ਸਿੰਘ ਨੂੰ ਅਗੇ ਜੀ। ਭਾਈ ਗੁਰਦੀਪ ਸਿੰਘ ਜੀ, ਜਿੱਦਾਂ ਦਾਸ ਪਰਸਨਲੀ ਵੀ ਤੁਹਾਨੂੰ ਜਾਣਦਾ, ਵੈਸੇ ਵੀ ਦੇਖਿਆ ਤੁਹਾਡਾ ਬਹੁਤ ਹੁੰਦਾ, ਮਤਲਬ ਜਦੋਂ ਯਾਦ ਕਰਦੇ ਹਾਂ ਵੀ ਕਿੱਥੇ ਤਰ੍ਹਾਂ ਪੰਥ ਦੀ ਏਕਤਾ ਹੋ ਜਾਵੇ, ਪਰ ਪੰਥ ਦੀ ਏਕਤਾ ਕਰਾਉਂਦੇ ਕਰਾਉਂਦੇ ਤੁਹਾਡਾ ਆਪਣਾ ਦਲ ਹੀ ਦੋ ਖੜ ਹੋ ਗਿਆ, ਯੂਨਾਈਟਡ ਅਕਾਲੀ ਦਲ, ਕੀ ਕਾਰਨ ਹੋਇਆ? ਭਾਈ ਸਾਹਿਬ ਜੀ, ਕੋਈ ਘਰ ਭਾਵੇਂ ਕੋਈ ਪਾਰਟੀ ਆ, ਭਾਵੇਂ ਕੋਈ ਦੇਸ਼, ਕੋਈ ਕਾਨੂੰਨ ਨਿਯਮ ਤੋਂ ਬਿਨਾਂ ਚੱਲ ਨਹੀਂ ਸਕਦਾ। ਸਾਡੀ ਪਾਰਟੀ ਜੰਮਦੀ ਜਾਂ ਪਹਿਲਾਂ ਅਸੀਂ ਯੂਨਾਈਟਿਡ ਸਿੱਖ ਮੂਵਮੈਂਟ, ਉਸ ਤੋਂ ਪਹਿਲਾਂ ਪੰਥ ਅਕਾਲੀ ਦਲ ਦਾ ਨਾਂ ਸੀ। ਹੋਰ ਉਦੇਸ਼ਾਂ ਦੇ ਨਾਲ ਇੱਕ ਸਾਡਾ ਸੂਰ ਲਿਖਤੀ ਤੇ ਸਰਵ ਪ੍ਰਵਾਨ ਸੀ ਕਿ ਮਾਨਸੀ ਸਿਸਟਮ ਨਹੀਂ ਪਾਰਟੀਆਂ ਚਾਹੀਦਾ, ਜਮਹੂਰੀ ਸਿਸਟਮ ਚਾਹੀਦਾ। ਹਾਂਜੀ, ਉਹ ਲਿਖਤੀ ਸੰਵਿਧਾਨ ਸੀ ਕਿ 2 ਸਾਲਾਂ ਤੋਂ ਬਾਅਦ ਪਾਰਟੀ ਪ੍ਰਧਾਨ ਬਦਲਿਆ ਜਾਵੇਗਾ। ਜੋ ਪ੍ਰਧਾਨ ਇੱਕ ਵਾਰ ਸਟੈਪ ਡਾਊਨ ਕਰੇਗਾ, ਉਸ ਤੋਂ ਬਾਅਦ ਦੁਬਾਰਾ ਉਹ ਆ ਸਕਦਾ। ਠੀਕ ਹੈ। ਭਾਈ ਮੋਹਨ ਸਿੰਘ ਜੀ ਉਸ ਅਸੂਲ ਨੂੰ ਮੰਨਣ ਤੋਂ ਇਨਕਾਰੀ ਹੋ ਗਏ। ਅਸੀਂ ਇਸ ਨੂੰ ਬਚਾਉਣ ਲਈ ਉਹਨਾਂ ਨੂੰ ਲਗਾਤਾਰ ਮੰਗ ਕਰਦੇ ਰਹੇ, ਭਾਈ ਮਨਾਵਾਂ ਰਾਹੀਂ ਵੀ ਆਪ ਵੀ ਮੈਨੂੰ 6 ਮਹੀਨੇ ਦੇ ਦਿਓ, 3 ਮਹੀਨੇ ਦੇ ਦਿਓ। ਅੱਛਾ। ਅਸੀਂ ਵੀ ਇਹ ਨਾ ਇਹ ਗੱਲ ਵਾਪਰੀ। ਠੀਕ ਹੈ। ਲੰਬਾ ਸਮਾਂ ਇੱਟ ਪਾਇਆ। ਹੁਣ ਵੀ ਉਹਨਾਂ ਦੀ ਸਲਾਹ ਨਾਲ ਮੀਟਿੰਗ ਰੱਖੀ ਗਈ ਸੀ। 2 ਦਿਨ ਪਹਿਲਾਂ ਉਹਨੇ ਜਵਾਬ ਦੇਤਾ ਤੇ ਜਥੇਬੰਦੀ ਦੇ ਅਹੁਦੇਦਾਰ ਸਾਹਿਬਾਨ ਨੇ ਇਕੱਠੇ ਹੋ ਕੇ ਚੰਡੀਗੜ੍ਹ ਚ ਪੰਜਾਬ ਕਿਸਾਨ ਭਵਨ ਦੇ ਵਿੱਚ ਚੋਣ ਕਰ ਦਿੱਤੀ ਗਈ। ਜਿਹੜੀ ਫੋਟਾ ਦਫਾੜ ਆ ਉਹ ਭਾਵੇਂ ਘਰ ਦਾ ਭਾਵੇਂ 2 ਸਾਥੀਆਂ ਦਾ ਉਹ ਦੁਖਦਾਈ ਹੈ, ਸਾਡੇ ਲਈ ਵੀ ਕੋਈ ਚੰਗੀ ਖਬਰ ਨਹੀਂ। ਹਾਂ, ਸਾਨੂੰ ਇਹਦੀ ਕੋਈ ਖੁਸ਼ੀ ਹੈ, ਪਰ ਇਹ ਨਾ ਤਰਨ ਯੋਗ ਸੀ। ਜੇ ਕੋਈ ਵਿਅਕਤੀ ਜੱਫਾ ਪਾ ਕੇ ਕਹਿ ਰਹੀ ਮੈਂ ਕਿਸੇ ਕੀਮਤ ਤੇ ਨਾ ਮੈਂ ਸੂਰ ਨੂੰ ਮੰਨਦਾ ਨਾ ਸਿਧਾਂਤ ਨੂੰ ਮੰਨਦਾ। ਦੇਖੋ, ਜਿਹੜੀ ਇਸ ਤਰ੍ਹਾਂ ਦੇ ਜੱਫੇ ਆ, ਉਹ ਜਿਹੜੀ ਇੱਕ ਪਰਿਵਾਰ ਦੀ ਪਾਰਟੀ ਸੀ ਚਟਾਲੇ ਦੀ, ਉਹ ਨੀ ਕਾਇਮ ਰਹਿ ਸਕੀ, ਉਹਦਾ ਪਰਿਵਾਰ ਚ ਫੁੱਟ ਪੈ ਗਈ। ਦੇਵੀ ਲਾਲ ਦੇ ਪਰਿਵਾਰ ਚ ਫੁੱਟ ਪੈ ਗਈ। ਹਾਂਜੀ। ਮੁਲਾਇਮ ਸਿੰਘ ਦੀ ਆਪਣੀ ਪਰਿਵਾਰ ਦੀ ਪਾਰਟੀ ਸੀ, ਉਹਦੇ ਚ ਫੁੱਟ ਪੈ ਗਈ। ਅਕਾਲੀ ਦਲ ਦੇ ਪਰਿਵਾਰ ਦੀ ਵਿੱਚ ਵੀ ਫੁੱਟ ਪਈ, ਉਹਨਾਂ ਦੇ ਦੋਹਾਂ ਸਿਰਫ ਦੀ ਪਾਰਟੀ ਸੀ। ਹਾਂਜੀ। ਉਹਦੇ ਵਿੱਚ ਵੀ ਗਾਹਾਂ ਫੁੱਟ ਪੈ ਰਹੀ ਹੈ। ਬਿਨਾਂ ਅਸੂਲ ਤੋਂ, ਜਮਹੂਰੀ ਸਿਸਟਮ ਤੋਂ ਕੋਈ ਵੀ ਪਾਰਟੀ ਚੱਲ ਨਹੀਂ ਸਕਦੀ। ਭਾਈ ਮੋਹਨ ਸਿੰਘ ਇਨਕਾਰੀ ਹੋਇਆ, ਮੇਰੀ ਆਪਣੇ ਭਾਈ ਗੁਰਦੀਪ ਸਿੰਘ ਜੀ, ਭਾਈ ਮੋਹਨ ਸਿੰਘ ਹੁਣਾਂ ਨਾਲ ਵੀ ਗੱਲਬਾਤ ਕੀਤੀ ਆ, ਉਹਨਾਂ ਦੀ ਆਵਾਜ਼ ਗੁੰਮ ਤੇ ਇੰਟਰਵਿਊ ਵੀ ਲੱਗੀ ਆ। ਉਹ ਕਹਿੰਦੇ ਆ ਵੀ ਐਗਜੈਕਟਿਵ ਦੀ ਮੀਟਿੰਗ ਨਹੀਂ ਸੱਦੀ ਗਈ, ਮੈਂਬਰਾਂ ਨੂੰ ਭੁਲੇਖੇ ਵਿੱਚ, ਧੋਖੇ ਵਿੱਚ ਰੱਖ ਕੇ ਜਿਹੜੀ ਚੰਡੀਗੜ੍ਹ ਮੀਟਿੰਗ ਭਾਈ ਗੁਰਦੀਪ ਸਿੰਘ ਹੁਣਾਂ ਨੇ ਸੱਦੀ ਆ, ਜਿਹਦੇ ਚ ਐਗਜੈਕਟਿਵ ਦੇ ਮੈਂਬਰ ਸ਼ਾਮਿਲ ਨਹੀਂ ਸੀਗੇ, ਤੇ ਇਹਦੇ ਬਾਰੇ ਕੀ ਕਹੋਗੇ? ਉਹ ਜੋ ਮਰਜ਼ੀ ਕਹਿ ਸਕਦਾ, ਕੋਈ ਅਸੀਂ ਇਸ ਤਰ੍ਹਾਂ ਦੀ ਬਹਿਸ ਨਹੀਂ ਪੈਣਾ ਚਾਹੁੰਦੇ। ਭਾਈ ਗੁਰਨਾਥ ਸਿੰਘ ਸਾਡਾ ਸੀਨੀਅਰ ਮੀਟ ਪੁਲਾਣਾ, ਭਾਈ ਜਤਿੰਦਰ ਸਿੰਘ ਸਾਡਾ ਸੀਨੀਅਰ ਮੀਟ ਪੁਲਾਣਾ, ਭਾਈ ਰਾਹੋਂ ਸਾਡਾ ਸੀਨੀਅਰ ਮੀਟ ਪੁਲਾਣਾ, ਬਾਬਾ ਚਮਕੌਰ ਸਿੰਘ ਸਾਡੇ ਧਾਰਮਿਕ ਵਿੰਗ ਦੇ ਪ੍ਰਧਾਨ ਆ, ਸਾਡੇ ਜਨਰਲ ਸਕੱਤਰ ਸੀ ਜਿਹੜੇ, ਉਹਦੀ ਸ਼ਾਜਤ ਸੀ ਉੱਥੇ। ਜਿਹੜੇ ਸਾਡੇ ਡੈਲੀਗੇਟ ਆ, ਉਹਨੇ ਵੀਡੀਓ ਬਣੀ ਆ ਜਿਹੜੀ ਸਾਡੇ ਮੂਹਰੇ, ਜਿਹੜਾ ਪ੍ਰਧਾਨ ਹਾਜ਼ਰ ਸੀ। ਕੋਈ ਵਿਅਕਤੀ ਕਰੇ ਵੀ ਅੱਜ ਦੇ ਸੰਸਾਰ ਚ ਕਿਸੇ ਬੰਦੇ ਨੇ ਆਪਦੀ ਗਲਤੀ ਨਹੀਂ ਮੰਨੀ। ਹਾਂਜੀ ਹਾਂਜੀ। ਸਮਾਂ ਇਤਿਹਾਸ ਦੱਸੇਗਾ ਕਿ ਕੌਣ ਗਲਤ ਹੈ ਕੌਣ ਨਹੀਂ। ਮੈਂ ਕੋਈ ਕਿਸੇ ਕਿਸਮ ਦੀ ਇਸ ਬਹਿਸ ਚ ਪੈਣਾ ਨਹੀਂ ਚਾਹੁੰਦਾ।
ਚਲੋ ਇਹ ਤਾਂ ਅਸੀਂ ਥੋੜਾ ਸਪਸ਼ਟੀਕਰਨ ਚਾਹੁੰਦੇ ਕਿਉਂਕਿ ਸੰਗਤਾਂ ਦੇ ਵਿੱਚ ਵੈਸੇ ਹੀ ਪੰਥ ਜਿਹੜਾ ਆ ਜਿਹੜੀਆਂ ਪੰਥਕ ਜਥੇਬੰਦੀਆਂ ਉਹਦੇ ਵਿੱਚ ਮੇਰੀ ਬੇਨਤੀ ਮੈਂ ਫੇਰ ਦੁਹਰਾਉਣਾ ਚਾਹੁੰਦਾ ਕਿ ਜੋ ਸਾਡਾ ਸਵਿਧਾਨ ਉਹ ਦਿੱਤੀ ਹੈ, ਜੋ ਚੋਣ ਹੋਈ ਉਹ ਵੀਡੀਓ ਰਾਹੀਂ ਵੀਡੀਓ ਉਹਦੀ ਬਣੀ ਆ, ਉੱਥੇ ਸਾਡਾ ਲਗਭਗ 150 ਦੇ ਲਗਭਗ ਅਹੁਦੇਦਾਰ ਹਾਜ਼ਰ ਸੀ। ਠੀਕ ਹੈ, ਉਹ ਮੀਟਿੰਗ ਦੀ ਸਾਡੀ ਵਰਕਿੰਗ ਕੋਰ ਕਮੇਟੀ ਹੈ ਜਿਹੜੀ, ਉਹਦੇ ਵੀ ਬਹੁਤੇ ਮੈਂਬਰ ਹਾਜ਼ਰ ਸੀ, ਭਾਈ ਮੋਹਨ ਸਿੰਘ ਨੂੰ ਵੀ ਪਤਾ ਸੀ। ਹਾਂਜੀ, ਗੁਰਦੀਪ ਸਿੰਘ ਜਿੱਦਾਂ ਹੁਣ ਆਪਣੇ ਸਤਨਾਮ ਸਿੰਘ ਮਨਾਵਾ, ਆਪਣੇ ਬਸਨ ਸਿੰਘ ਜੱਫਰਵਾਲ ਜਾਂ ਹੋਰ ਜਿਹੜੇ ਮੈਂਬਰ ਸੀਗੇ ਜਗਤਪ ਦੇ ਮੈਂਬਰ ਸੀ, ਉਹਨਾਂ ਨੇ ਮੁੜ ਕੇ ਦੁਬਾਰਾ ਫੇਰ ਮੀਟਿੰਗ ਕਰਕੇ ਭਾਈ ਮੋਹਕਮ ਸਿੰਘ ਨੂੰ ਹੀ ਪ੍ਰਧਾਨ ਬਣਾ ਲਿਆ, ਤਾਂ ਉਹਦੇ ਤੋਂ ਫਿਰ ਲੱਗਾ ਨਾ ਵੀ ਇਹ ਜਿਹੜਾ ਜਨਰਲ ਅਕਾਲੀ ਦਲ ਇੱਕ ਨੀਰਿਆ ਦੋ ਹੋ ਗਏ। ਬਿਲਕੁਲ, ਜੋ ਤੁਸੀਂ ਕਹਿ ਰਹੇ ਹੋ ਰਾਤ ਸਹੀ ਆ। ਠੀਕ ਹੈ, ਇਸ ਸੱਚਾਈ ਤੋਂ ਮੈਂ ਕੋਈ ਵੀ ਨਹੀਂ ਮੁਕਰ ਸਕਦਾ, ਅਰਥ ਉਹਦਾ ਹੀ। ਠੀਕ ਹੈ, ਚਲੋ ਹੁਣ ਆਪਾਂ ਥੋੜੇ ਜਿਹੜੇ ਪੰਜਾਬ ਦੇ ਮੁੱਦੇ ਆ, ਕਾਫੀ ਮਤਲਬ ਮੁੱਦੇ ਤੇ ਬਹੁਤ ਹੈ ਜਿਹਨਾਂ ਤੇ ਗੱਲਬਾਤ ਕਰਨ ਵਾਲੀ ਆ। ਤੁਹਾਡਾ ਜਨਰਲ ਅਕਾਲੀ ਦਲ ਜਿੱਦਾਂ ਮਤਲਬ ਤੁਸੀਂ ਖੁਦ ਵੀ ਵਿਅਕਤੀਗਤ ਤੌਰ ਤੇ ਵੀ ਹਮੇਸ਼ਾ ਹੀ ਸਰਗਰਮ ਰਹੇ ਹੋ, ਜਿਹੜੀ ਹੁਣ ਤਾਜ਼ਾ ਮਤਲਬ ਸਿਰਸੇ ਵਾਲਿਆਂ ਨੂੰ ਕਿਉਂਕਿ ਬਰਗਾਲੀ ਮੋਰਚੇ ਦੇ ਵਿੱਚ ਐਲਾਨ ਹੋਇਆ ਸੀ ਕਿ 29 ਬੰਦੇ ਫੜ ਲਏ ਆ, ਤੇ ਉਦੋਂ ਬਾਅਦ ਜਿਹੜਾ ਉਹਨਾਂ ਦੇ ਇੱਕ ਮਹਿੰਦਰਪਾਲ ਦੀ ਜਿਹੜੀ ਮੌਤ ਹੋਣ ਤੋਂ ਬਾਅਦ ਤਕਰੀਬਨ 5 ਬੰਦਿਆਂ ਨੂੰ ਉਹਨਾਂ ਨੂੰ ਛੱਡ ਹੀ ਦਿੱਤਾ, ਜਮਾਨਤ ਦੇ ਦਿੱਤੀ ਆ, ਤੇ ਬਾਕੀਆਂ ਨੂੰ ਵੀ ਜਿਹੜੇ ਆ ਤਕਰੀਬਨ ਕੇਸ ਵਾਪਸ ਲੈ ਰਹੇ ਆ। CBI ਜਿਹੜੀ ਆ ਉਹ ਕਲੋਜ਼ਰ ਰਿਪੋਰਟ ਉਹਨੇ ਪੇਸ਼ ਕਰ ਦਿੱਤੀ ਆ, ਤੇ ਇਹ ਸਾਰੇ ਮਸਲੇ ਜਿਹੜੇ ਆ ਵੀ ਜਿਹੜੀ ਸਰਕਾਰ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਤੁਹਾਨੂੰ ਇਹ ਕਿਹਾ ਸੀ ਵੀ ਅਸੀਂ ਆਹ ਵਾਅਦੇ ਪੂਰਾ ਕਰਾਂਗੇ, ਤੇ ਇਹ ਤੇ ਸਾਰੇ ਗੱਲ ਗੇੜਾ ਪੁੱਠਾ ਹੀ ਆ ਗਿਆ। ਜੋ ਤੁਸੀਂ ਕੁਛ ਕਹਿ ਰਹੇ ਹੋ ਉਹ ਠੀਕ ਆ, ਕਿਉਂਕਿ ਅਸੀਂ ਪਹਿਲੇ ਦਿਨ ਤੋਂ ਹੀ ਸਾਨੂੰ ਸ਼ੰਕਾ ਸੀ CBI ਤੇ ਵੀ ਇਹਨਾਂ ਨੇ ਕੋਈ ਫੈਸਲਾ ਨਹੀਂ ਕਰਨਾ, ਅਸੀਂ ਹਮੇਸ਼ਾ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਕੇਸ ਸਾਡੇ CBI ਨੂੰ ਨਹੀਂ ਦੇਣੇ ਚਾਹੀਦੇ। ਸਾਡੀ ਮੰਗ ਦੇ ਉੱਤੇ ਹੀ ਅਸੀਂ ਬਰਗਾਲੀ ਮੋਰਚੇ ਵੱਲੋਂ ਜੋ ਸਾਡੀ ਗੱਲ ਚੱਲੀ, ਅਸੀਂ ਕਿਹਾ ਵੀ ਅਸੀਂ ਉਹਨਾਂ ਚਿਰ ਪੰਜਾਬ ਸਰਕਾਰ ਨਾਲ ਕੋਈ ਗੱਲ ਨਹੀਂ ਕਰਾਂਗੇ, CBI ਤੋਂ ਕੇਸ ਵਾਪਸ ਲੈ ਜਾਂ। ਠੀਕ, ਪੰਜਾਬ ਸਰਕਾਰ ਨੇ ਅਸੈਂਬਲੀ ਚ ਵੀ ਮਤਾ ਪਾਸ ਕੀਤਾ, ਲਿਖ ਕੇ ਭੇਜਿਆ ਵੀ ਸਾਨੂੰ ਇਹ ਕੇਸ CBI ਤੋਂ ਵਾਪਸ ਕੀਤੇ ਜਾਂ। ਹਾਂਜੀ, CBI ਨੇ ਪਿਛਲੀ ਸਰਕਾਰ ਚ ਵੀ ਜਦੋਂ ਬਾਦਲ ਸਾਹਿਬ ਤੇ BJP ਦੀ ਸਾਂਝੀ ਸਰਕਾਰ ਸੀ ਪੰਜਾਬ ਚ, ਉਸ ਸਮੇਂ ਵੀ 2 ਸਾਲ ਉਹਨਾਂ ਨੇ ਟਪਾਏ, ਕਿਸੇ ਇੱਕ ਵਿਅਕਤੀ ਨੂੰ ਬਿਆਨ ਤੱਕ ਨਹੀਂ ਲਏ। CBI ਤੋਂ ਜਿਹੜੀ ਸਾਡੀ ਸ਼ੰਕਾ ਸੀ ਉਹ ਸਾਹਮਣੇ ਆ ਗਈ, ਦੇ ਬਾਵਜੂਦ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਹਾਂ ਕਿ ਜੇ CBI ਕਹਿੰਦੇ ਵੀ ਅਸੀਂ ਨਹੀਂ ਕਹੇ, ਉਹਨਾਂ ਵੱਲੋਂ ਤਾਂ ਪਹਿਲਾਂ ਹੀ ਕਲੋਜ਼ ਸੀ। ਅੱਜ ਉਹਨਾਂ ਨੇ ਇੱਕ ਮੁਸ਼ਕਿਲ ਖੜੀ ਕੀਤੀ ਹੈ, ਸਾਡੀ ਮੰਗ ਇਹ ਹੈ ਕਿ ਪੰਜਾਬ ਸਰਕਾਰ ਆਪਣੇ ਤੌਰ ਤੇ ਕਾਰਵਾਈ ਕਰੇ। ਕਈ ਵਾਰੀ ਇੱਕ ਏਜੰਸੀ ਦੇ ਉੱਤੇ ਇੱਕ ਧਿਰ ਨੂੰ ਨਹੀਂ ਭਰੋਸਾ ਹੁੰਦਾ, ਉਹ ਕਹਿੰਦੀ ਹੈ ਵੀ ਨਹੀਂ ਇਹ ਕੇਸ ਨਿਕਲਿਆ, ਦੂਜੀ ਏਜੰਸੀ ਨੂੰ ਸਰਕਾਰਾਂ ਦੇ ਸਕਦੀਆਂ। ਠੀਕ ਹੈ, ਲਾ ਐਂਡ ਆਰਡਰ ਦਾ ਮਾਮਲਾ ਵੀ ਜਿਹੜੇ ਪੰਜਾਬ ਸਟੇਟ ਦਾ ਹੈ, ਕੱਲ ਨੂੰ ਸਾਡੀ ਮੀਟਿੰਗ ਹੈ ਚੰਡੀਗੜ੍ਹ ਚ ਕਿਸਾਨ ਭਵਨ ਦੇ ਵਿੱਚ ਕਈ ਜਥੇਬੰਦੀਆਂ ਦੀ, ਚਲੋ ਸਾਂਝੇ ਤੌਰ ਤੇ ਸੱਦੀ ਗਈ ਜੀ ਦੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਡ ਅਕਾਲੀ ਦਲ ਵੱਲੋਂ ਸੱਦੀ ਗਈ ਹੈ ਜੀ ਦੇ ਟਕਸਾਲੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਅਸੀਂ ਅੱਜ ਗਾਂਧੀ ਜੀ ਨੂੰ ਵੀ, ਧਰਮਵੀਰ ਗਾਂਧੀ ਨੂੰ ਵੀ ਮਿਲੇ ਹਾਂ, ਮੁਖੀ ਅਧਿਕਾਰ ਸੰਸਥਾਵਾਂ ਨੂੰ ਵੀ ਸੱਦੇ ਦਿੱਤੇ ਆ, ਭਾਰਤੀ ਕਿਸਾਨ ਯੂਨੀਅਨਾਂ ਨੂੰ ਵੀ ਸੱਦੇ ਦਿੱਤੇ ਆ। ਠੀਕ, ਕਲੋਜ਼ਰ ਰਿਪੋਰਟ ਦੇ ਉੱਤੇ, ਰਿਹਾਈਆਂ ਦੇ ਉੱਤੇ ਜਿਹੜੀ ਸਰਕਾਰ ਦੀ ਢਿੱਲ ਮੱਠ ਆ ਇਹਨਾਂ ਦੇ ਉੱਤੇ, ਤੇ ਜਿਹੜੇ ਡੇਰੇ ਵਾਲਿਆਂ ਨੂੰ ਕੁਛ ਬੰਦਿਆਂ ਨੂੰ ਜ਼ਮਾਨਤਾਂ ਮਿਲ ਰਹੀਆਂ, ਸਿੰਘਾਂ ਪੁਲਿਸ ਵਾਲਿਆਂ ਨੂੰ ਰਿਹਾ ਕੀਤਾ ਜਾ ਰਿਹਾ, ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਹਾਂਜੀ, ਅਸੈਂਬਲੀ ਚ ਮਤਾ ਪਾਸ ਕੀਤਾ ਗਿਆ ਕਿ ਅਸੀਂ 550 ਸਾਲਾਂ ਦੇ ਉੱਤੇ ਸਾਰੇ ਇਹਨੂੰ ਰਿਹਾ ਕਰਾਂਗੇ। ਸਰਕਾਰ ਨੇ ਹਜ਼ਾਰਾਂ ਲੋਕਾਂ ਦੇ ਸਾਹਮਣੇ
ਆ ਕੇ ਉੱਥੇ ਐਲਾਨ ਕੀਤਾ ਵੀ ਅਸੀਂ ਰਿਹਾਈਆਂ ਵੀ ਕਰਾਂਗੇ, ਇੱਕ ਵੀ ਦੋਸ਼ੀ ਅਸੀਂ ਨਹੀਂ ਛੱਡਾਂਗੇ। ਜਿੰਨਾ ਚਿਰ ਸਾਡੀ ਸਰਕਾਰ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਐਲਾਨ ਕਰਦੇ ਹਾਂ। ਅੱਜ ਉਹ ਵਾਅਦਿਆਂ ਤੋਂ ਸਰਕਾਰ ਪਿੱਛੇ ਹਟ ਰਹੀ ਹੈ। ਕੱਲ ਨੂੰ ਸਾਡੀ, ਮੈਂ ਅੱਜ ਇਸੇ ਕਰਕੇ ਚੰਡੀਗੜ੍ਹ ਉਹ ਮੀਟਿੰਗ ਦੀ ਤਿਆਰੀ ਦੇ ਸੰਬੰਧ ਚ, ਹਾਲ ਦੇ ਸੰਬੰਧ ਚ, ਹੋਰ ਲੰਗਰ ਚਾਹ ਪਾਣੀ ਦੇ ਸੰਬੰਧ ਚ ਆਇਆ ਸੀ ਤਿਆਰੀ ਦੇ। ਕੱਲ ਨੂੰ ਮੀਟਿੰਗ ਚ ਇਹਦੇ ਬਾਰੇ ਅਸੀਂ ਜੋ ਸਾਡੀ ਸ਼ਕਤੀ ਹੋਈ ਇਹਦਾ ਵਿਰੋਧ ਕਰਾਂਗੇ ਤੇ ਇਨਸਾਫ਼ ਲੈਣ ਲਈ ਅਸੀਂ ਆਪਣਾ ਸੰਘਰਸ਼ ਕਰਾਂਗੇ, ਕੱਲ ਨੂੰ ਐਲਾਨ ਕਰਾਂਗੇ। ਗੁਰਦੀਪ ਸਿੰਘ ਜੀ, ਜਿੱਦਾਂ ਪਿਛਲੇ ਦੋ ਕੁ ਦਿਨ ਪਹਿਲਾਂ ਹੀ ਕੁਝ ਸਿੱਖ ਜਥੇਬੰਦੀਆਂ ਨੇ ਜਿੱਥੇ ਤੁਸੀਂ ਬੈਠੇ ਆ ਗੁਰਦੁਆਰਾ ਅੰਬ ਸਾਹਿਬ ਤੋਂ ਹੀ ਇੱਕ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ ਤੇ ਚੰਡੀਗੜ੍ਹ, ਮਤਲਬ 22 ਤਰੀਕ ਦੀ ਗੱਲ ਆ, ਤੇ ਉਹ ਮਤਲਬ ਜੋ ਚੀਜ਼ਾਂ ਮਤਲਬ ਆਪਾਂ ਕਹਿੰਦੇ ਰਹਿੰਦੇ ਬਰਗਾੜੀ ਦੇ ਵਿੱਚ ਬਾਦਲ ਸਰਕਾਰ ਵੇਲੇ ਵਾਪਰੀਆਂ ਸੀਗੀਆਂ, ਬਈ ਸਿੱਖਾਂ ਦੇ ਉੱਪਰ ਗੁਰਬਾਣੀ ਪੜ੍ਹਦਿਆਂ ਦੇ ਉੱਪਰ ਹੀ ਹਮਲੇ ਤੇ ਦੋ ਸਿੱਖ ਸ਼ਹੀਦ ਵੀ ਹੋ ਗਏ, ਤੇ ਤਕਰੀਬਨ ਉਸੇ ਤਰ੍ਹਾਂ ਦਾ ਤਰੀਕਾ ਜਿਹੜੀ ਕੈਪਟਨ ਸਰਕਾਰ ਜੀ ਨੂੰ ਅਸੀਂ ਸਮਝਦੇ ਵੀ ਸ਼ਾਇਦ ਇਹ ਚੰਗੀ ਆ ਜਾਂ ਸਿੱਖਾਂ ਨੂੰ ਇਨਸਾਫ ਦੇ ਦੇਊਗੀ, ਤੇ ਉਹ ਗੱਲ ਜਿਹੜੀ ਆ ਸਿੱਖਾਂ ਨਾਲ ਮਤਲਬ 22 ਤਰੀਕ ਨੂੰ ਹੋਈ ਆ, ਕਿੱਦਾਂ ਉਹਨਾਂ ਦੀਆਂ ਮਤਲਬ ਵਿਛਾਲਾਂ ਪਾਣੀ ਦੀਆਂ ਮਾਰੀਆਂ ਗਈਆਂ, ਦਸਤਾਰਾਂ ਪੈਰਾਂ ਦੇ ਵਿੱਚ ਰੋਲੀਆਂ ਗਈਆਂ ਤੇ ਦਾੜੀਆਂ ਕੇਸ ਪੱਟੇ ਗਏ ਤੇ ਡੰਡੇ ਮਾਰੇ ਗਏ ਉਹਨਾਂ ਦੇ, ਤੇ ਅਥਰੂ ਗੈਸ ਵੀ ਕੀਤੀ ਗਈ ਆ, ਤੇ ਇਹਨੂੰ ਕਿਸ ਨਜ਼ਰ ਚ ਲੈਂਦੇ ਆ ਵੀ ਇਹ ਜਿਹੜੀ ਬਹੁਤ ਨਿੰਦਣਯੋਗ ਹੈ, ਬੜੀ ਮਾੜੀ ਘਟਨਾ। ਕੈਪਟਨ ਸਰਕਾਰ ਨੂੰ ਤੁਰੰਤ SIT ਦੀ ਜਿਹੜੀ ਐਲਾਨ ਕਰਨਾ ਚਾਹੀਦਾ ਵੀ ਜੇ CBI ਜੋ ਮਰਜ਼ੀ ਕਰੇ, ਪੰਜਾਬ ਸਰਕਾਰ ਇਹਦੇ ਵੀ ਅਧਿਕਾਰ ਦਾ, ਅਸੀਂ ਵਕੀਲਾਂ ਦਾ ਵੀ ਸਲਾਹ ਕੀਤੀ ਹੈ, ਪੰਜਾਬ ਸਰਕਾਰ ਕੋਲ ਪੂਰੇ ਅਧਿਕਾਰ ਹੈ ਕਿ ਉਹ ਆਪਣੀ SIT ਨੂੰ ਸਾਰਾ ਕੇਸ ਇਹੀ FIR ਉਹਨਾਂ ਨੂੰ ਦੇ ਸਕਦੀ ਹੈ ਵੀ ਸਾਨੂੰ ਇਹ ਮਨਜ਼ੂਰ ਨਹੀਂ। ਬਹੁਤ ਵਾਰੀ ਸਰਕਾਰ ਏਜੰਸੀ ਇੱਕ ਤੋਂ ਦੂਜੀ ਤੋਂ ਬਦਲ ਦਿੰਦੀ ਹੈ ਰਿਪੋਰਟ, ਪਹਿਲੀ ਕਹਿੰਦੇ ਵੀ ਇਹ ਨਿਕਲਿਆ ਨਹੀਂ, ਦੂਜੀ ਉਹੀ ਕੇਸ ਕਰ ਲੈਂਦੀ ਹੈ। ਉਹਨੂੰ ਸਿੱਖਾਂ ਦੀ ਕਿਸੇ ਜਥੇਬੰਦੀ ਦੇ ਜ਼ੁਲਮ ਕਰਨ ਦੀ ਬਜਾਏ ਉਹਨੂੰ ਤੁਰੰਤ ਇਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਨਹੀਂ ਸੰਸਾਰ ਦੇ ਲੋਕਾਂ ਨੂੰ, ਮਨੁੱਖਤਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਨੁੱਖਤਾ ਦਾ ਧਰਮ ਹੈ, ਸਾਰਿਆਂ ਨੂੰ ਇਹ ਵਿਸ਼ਵਾਸ ਦਵਾਉਣਾ ਚਾਹੀਦਾ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ। ਗੋਲੀ ਚਲਾਉਣ ਚ ਉੱਥੇ ਨਿਤਨੇਮ ਕਰਦੇ ਨੇ, ਉੱਥੇ ਯੋਜਨਾਬੱਧ ਢੰਗ ਨਾਲ ਨਿਤਨੇਮ ਕਰਦੇ ਨੇ, ਉੱਥੇ ਗੋਲੀ ਚਲਾਈ ਗਈ, ਬੰਦਿਆਂ ਨੂੰ ਸ਼ਹੀਦ ਕੀਤਾ ਗਿਆ। ਕੋਟਕਪੂਰਾ ਦੇ ਵਿੱਚ ਗੋਲੀ ਚਲਾਈ ਗਈ, ਬਹਿਬਲ ਚ ਗੋਲੀ ਚਲਾਈ ਗਈ, ਸਿੱਧੀਆਂ ਬੰਦਿਆਂ ਦੇ ਉੱਤੇ ਬੈਠਿਆਂ ਦੇ ਉੱਤੇ ਗੋਲੀਆਂ ਚਲਾ ਦੇਣੀਆਂ। ਇੱਕ ਜੇ ਜਲਿਆਂ ਵਾਲੇ ਬਾਗ ਚ ਗੋਲੀ ਚੱਲੀ ਸੀ, ਉਸ ਤੋਂ ਪਹਿਲਾਂ ਉੱਥੇ ਮੁਨਿਆਦੀ ਕਰਾਈ ਗਈ ਸੀ। ਠੀਕ ਹੈ, ਇਹਨਾਂ ਤਾਂ ਕਿਸੇ ਨੇ ਇਹ ਵੀ ਨੀ ਕਿਹਾ ਵੀ ਤੁਸੀਂ ਇੱਥੇ ਕਿਉਂ ਬੈਠੇ, ਸਿੱਧੀ ਗੋਲੀ ਚਲਾਉਣੀ, ਪਾਣੀ ਦੀ ਪਿਛਾੜ ਕੇ ਉਹਦੇ ਜਨਤਾ ਕੈਪਟਨ ਦੀ ਕਾਰਵਾਈ ਵੀ ਨਹੀਂ। ਠੀਕ ਹੈ, ਤੇ ਇਹਦੇ ਸੰਬੰਧ ਦੇ ਵਿੱਚ ਜਿੱਦਾਂ ਜਥੇਬੰਦੀਆਂ ਕੋਈ ਕੈਪਟਨ ਸਰਕਾਰ ਦੇ ਖਿਲਾਫ ਕੋਈ ਰੋਸ, ਮਤਲਬ ਕਿੱਦਾਂ ਦਾ ਰੋਸ ਕਰਨਗੀਆਂ, ਮਤਲਬ ਮੁਜ਼ਾਹਰਾ ਕਰਨਗੀਆਂ ਜਾਂ ਉਹਨਾਂ ਨੂੰ ਮਤਲਬ ਕੈਪਟਨ ਦੀ ਕੋਠੀ ਦਾ ਘਿਰਾਓ ਕੀਤਾ ਜਾਊਗਾ, ਕਿਹੋ ਜਿਹਾ ਪ੍ਰੋਗਰਾਮ ਦੇ ਰਹੇ? ਰਿਕਵੀਰ ਸਿੰਘ ਜੀ, ਇਹ ਪ੍ਰੋਗਰਾਮ ਆ ਜਿਹੜਾ, ਦੇਖੋ ਕੱਲ ਇੱਕ ਵਿਚਾਰ ਵਟਾਂਦਰਾ ਹੋਣਾ ਸਾਰਿਆਂ ਨਾਲ। ਠੀਕ ਹੈ, ਤੇ ਮੇਰੇ ਅਧਿਕਾਰ ਖੇਤਰ ਚ ਨਹੀਂ ਕਿ ਮੈਂ ਕੋਈ ਗੱਲ ਅਜਿਹੀ ਕਰਾਂ। ਕੱਲ ਦੀ ਮੀਟਿੰਗ ਚ ਅਸੀਂ ਵੀ ਆਪਣੇ ਵਿਚਾਰ ਰੱਖਾਂਗੇ, ਕਿਉਂਕਿ ਇੱਕ ਪ੍ਰੋਗਰਾਮ ਨਾਲ ਕੋਈ ਸਮੱਸਿਆ ਦਾ ਹੱਲ ਨਹੀਂ, ਇੱਕ ਲੰਬੀ ਲੜਾਈ ਦੀ ਅਸੀਂ ਰੂਪ ਰੇਖਾ ਲਿਖਾਂਗੇ। ਠੀਕ ਹੈ, ਕੱਲ ਨੂੰ ਅਸੀਂ ਲਗਭਗ 3 ਵਜੇ ਜੋ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਦਾ ਹੋਇਆ ਬਰਗਾੜੀ ਦੇ ਵਿੱਚ ਵਾਪਰੀ ਆ, ਤੁਸੀਂ ਸ਼ਾਇਦ ਉਹਨਾਂ ਦੇ ਘਰ ਵੀ ਜਾ ਕੇ ਆਏ ਆ, ਪ੍ਰਿਤਪਾਲ ਸਿੰਘ ਨੌਜਵਾਨ, ਉਹ ਘਟਨਾ ਬਾਰੇ ਥੋੜਾ ਬਹੁਤ ਜਾਣਕਾਰੀ ਦੇਣੀ ਚਾਹੋਗੇ ਕਿ ਉਹ ਘਟਨਾ ਹੈ ਕੀ ਆ, ਕੋਈ ਆਪਸੀ ਲੜਾਈ ਆ ਜਾਂ? ਹਾਂਜੀ, ਮੈਂ ਉਸ ਦਿਨ ਉੱਥੇ ਮੌਕੇ ਤੇ ਪਹੁੰਚ ਗਿਆ ਸੀ, ਥਾਣੇ ਚ ਵੀ
ਜਦੋਂ ਕਿਰਤਪਾਲ ਸਿੰਘ ਨੇ ਐਸਆਰੀ ਕਟਾਈ ਹੈ ਮੇਰੀ ਹਾਜ਼ਰੀ ਜੀ ਕਟਵਾਈ ਗਈ। ਅੱਛਾ। ਉਹਨਾਂ ਦੇ ਉੱਤੇ ਬੜੇ ਨੇੜੇ ਤੋਂ ਜਦੋਂ ਉਹਨਾਂ ਨੇ ਸੜਕ ਦਾ ਕੱਟ ਸੀ ਕੱਟ ਮੋੜ ਲੱਗਿਆ, ਦੋ ਪਿਸਟਲ ਦੀਆਂ ਗੋਲੀਆਂ ਉਹਦੇ ਮਾਰੀਆਂ ਗਈਆਂ ਨਾਲ ਲਾ ਕੇ, ਠੀਕ ਬਿਲਕੁਲ ਸ਼ੀਸ਼ੇ ਦੇ ਨਾਲ ਲਾ ਕੇ ਗਿਆ। ਉਹ ਬਚ ਗਿਆ, ਪਰਮਾਤਮਾ ਨੇ ਉਹਨੂੰ ਰੱਖਿਆ। ਠੀਕ ਹੈ। ਉਹ ਗੋਲੀਆਂ ਉਹਦੀ ਸੀਟ ਦੇ ਵਿੱਚ ਵੱਜੀਆਂ। ਹਾਂਜੀ। ਉੱਥੇ ਪ੍ਰਸ਼ਾਸਨ ਦੇ ਵੱਡੇ ਅਫਸਰ ਦੋ ਜ਼ਿਲ੍ਹਿਆਂ ਦੇ ਫਰੀਦਕੋਟ ਤੇ ਫਿਰੋਜ਼ਪੁਰ ਦੇ ਪਹੁੰਚੇ ਹੋਏ ਸੀ। ਹਾਂ। ਉਹਨਾਂ ਨੇ ਸਾਨੂੰ ਇਹ ਗੱਲ ਦਾ ਸਾਡੀਆਂ ਜਥੇਬੰਦੀਆਂ ਨੂੰ, ਪਰਿਵਾਰ ਨੂੰ ਵੀ, ਭਾਈ ਚਰਪਾਲ ਸਿੰਘ ਨੂੰ ਵੀ, ਹਾਂਜੀ, ਭਰੋਸਾ ਦਿੱਤਾ ਘੱਟੋ ਘੱਟ ਜੋ ਸਾਨੂੰ ਉਹਨਾਂ ਨੇ ਕਿਹਾ ਸਾਡਾ 100 ਬੰਦਾ ਇਸ ਜਾਂਚ ਚ ਜੁਟਿਆ ਹੋਇਆ। ਅੱਛਾ। ਅਸੀਂ ਬਹੁਤ ਛੇਤੀ ਸਾਰੇ ਕੈਮਰੇ ਜਿੱਥੋਂ ਜਿੱਥੋਂ ਦੀ ਮੋਟਰਸਾਈਕਲ ਜਾਂ ਨਕ ਜਿਹੜੇ ਆ ਟੋਲ ਟੈਕਸ ਉਹਨਾਂ ਤੋਂ ਜਾਂ ਹੋਰ ਪ੍ਰਾਈਵੇਟ ਦੁਕਾਨਾਂ ਤੋਂ ਟੋਲ ਟੈਕਸ ਤੋਂ ਜਿੱਥੋਂ ਵੀ ਸਾਨੂੰ ਫੋਟੋਆਂ ਜਾਂ ਜੋ ਜਾਣਕਾਰੀ ਮਿਲੀ, ਇੱਕ ਅਸੀਂ ਬਹੁਤ ਜਲਦੀ ਤੋਂ ਜਲਦੀ ਅਸੀਂ ਸਚਾਈ ਸਾਹਮਣੇ ਲਿਆਵਾਂਗੇ। ਤੁਸੀਂ ਇਹ ਕਹਿੰਦਾ ਕਿ ਨਿੱਜੀ ਕਰਨਾ ਇਹ ਗੱਲ ਨਹੀਂ। ਅੱਛਾ। ਮੈਂ ਅੱਜ ਕਿਸੇ ਦੇ ਦੋਸ਼ ਲਾਉਂ ਇਹ ਵੀ ਨਹੀਂ, ਕਿਉਂਕਿ ਸਾਨੂੰ ਘੱਟ ਤੋਂ ਘੱਟ ਇੱਕ ਹਫ਼ਤਾ ਇੰਤਜ਼ਾਰ ਕਰਨਾ ਚਾਹੀਦਾ, ਸਰਕਾਰ ਵੱਲ ਵੇਖਣਾ ਚਾਹੀਦਾ ਹਾਂਜੀ ਜੋ ਕਰ ਰਹੀ ਹੈ, ਕਿਉਂਕਿ ਉਹਨੇ ਕਿਰਤਪਾਲ ਸਿੰਘ ਨੇ ਡੇਰੇ ਵਾਲਿਆਂ ਦੇ ਵਿਰੁੱਧ ਹਾਂਜੀ ਬਹੁਤ ਪ੍ਰਚਾਰ ਕੀਤਾ ਸੀ, ਬੜੀ ਉਹਦੀ ਸੋਹਣੀ ਆਵਾਜ਼ ਚ ਉਹਨੇ ਗਾਇਆ ਹੈ। ਠੀਕ। ਉਹ ਸ਼ੰਕਾ ਜਿਹੜੀ ਉਹਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਠੀਕ ਹੈ। ਮਤਲਬ ਸ਼ੰਕਾ ਕੀਤੀ ਜਾ ਸਕਦੀ ਪਰ ਹਾਲੇ ਪੂਰਾ ਪਤਾ ਨਹੀਂ ਗਾ ਵੀ ਇਹਦੇ ਪਿੱਛੇ ਕੀ ਕਹਾਣੀ ਵਾਪਰੀ ਆ ਜਾਂ ਆਪਾਂ ਕਹਿ ਨਹੀਂ ਸਕਦੇ। ਤੇ ਗੁਰਦੀਪ ਸਿੰਘ ਜੀ, ਬਾਕੀ ਜਿੱਦਾਂ ਕਿਉਂਕਿ 2.5 ਸਾਲ ਤੋਂ ਉੱਪਰ ਦਾ ਸਮਾਂ ਮੌਜੂਦਾ ਸਰਕਾਰ ਨੂੰ ਹੋ ਗਿਆ ਤੇ ਸਿਆਸੀ ਉਥਲ ਪੁਥਲ ਵੀ ਕਾਫੀ ਹੋ ਰਹੀ ਆ, ਮੋਰੇ ਲੋਕ ਸਭਾ ਦੀਆਂ ਚੋਣਾਂ ਲੰਘ ਚੁੱਕੀਆਂ ਤੇ ਗਾਂ ਪੰਜਾਬ ਅਸੈਂਬਲੀ ਦੀਆਂ 2022 ਨੂੰ, ਮਤਲਬ ਸਮਝ ਲਓ ਜਦੋਂ ਸਾਲ ਕੁ ਪਹਿਲਾਂ ਤੇ ਪ੍ਰਚਾਰ ਹੀ ਸ਼ੁਰੂ ਹੋ ਜਾਂਦਾ ਤੇ ਉਦੋਂ ਬਰਗਾੜੀ ਮੋਰਚੇ ਵੇਲੇ ਕਾਫੀ ਆਪਾਂ ਵਾਧੇ ਸੰਗਤਾਂ ਨਾਲ ਕੀਤੇ ਸੀਗੇ ਬਈ ਜੇ ਆਹ ਸਰਕਾਰ ਵਾਧੇ ਨਾ ਪੂਰੂ ਕਰੇਗੀ ਤਾਂ ਅਸੀਂ ਆਹ ਕਰਾਂਗੇ ਆਹ ਕਰਾਂਗੇ, ਉਹ ਕੁੱਝ ਨਹੀਂ ਹੋਇਆ। ਤੇ ਹੁਣ 2022 ਦਾ ਮੋਰੇ ਦਿਸਣ ਲੱਗ ਪਿਆ ਤੇ ਪੰਜਾਬ ਇਸ ਵੇਲੇ ਨਸ਼ਿਆਂ ਦੀ ਦਲਦਲ ਵਿੱਚ ਇੰਨਾ ਧੱਸ ਚੁੱਕਾ ਆ ਕਿ ਨੌਜਵਾਨ ਲੜਕੀਆਂ ਵੀ ਨਸ਼ੇ ਕਰਨ ਲੱਗ ਪਈਆਂ, ਤੇ ਕਿੱਦਾਂ ਦਾ ਪ੍ਰੋਗਰਾਮ ਜਿਹੜੀਆਂ ਸਿੱਖ ਜਥੇਬੰਦੀਆਂ ਨੂੰ ਜਾਂ ਤੁਹਾਨੂੰ ਦੇਣਾ ਚਾਹੀਦਾ ਜਾਂ ਤੁਸੀਂ ਕਿੱਦਾਂ ਦੇ ਵਿਚਾਰ ਕਰਦੇ ਇਹਦੇ ਬਾਰੇ? ਸਾਰੀਆਂ ਦੋ ਤਿੰਨ ਮੀਟਿੰਗਾਂ ਹੋਣੀਆਂ ਭਾਈਚਾਰੇ ਜੀ। ਹਾਂ। ਉਹ ਤੇ ਸਾਰੇ ਮਸਲਿਆਂ ਤੇ ਇਕੱਲੇ ਆਰਥਿਕ ਮਸਲੇ ਵੀ ਹੈ ਜਿਵੇਂ ਬਿਜਲੀ ਦਾ ਮਾਮਲਾ ਹੈ, ਹੋਰ ਸਟੇਟਾਂ ਸਾਰੀਆਂ ਸਸਤੀ ਹੈ, ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਆਫਰਾਂ ਦਿੱਤੀਆਂ ਵੀ ਅਸੀਂ ਸਸਤੀ ਬਿਜਲੀ ਇੱਥੇ ਪੈਦਾ ਕਰਕੇ ਦੇ ਸਕਦੇ ਹਾਂ। ਪਿਛਲੀ ਸਰਕਾਰ ਨੇ 8 ਰੁਪਈਆਂ ਦੇ ਲਗਭਗ ਜਿਹੜੇ ਪ੍ਰਾਈਵੇਟ ਫਰਮਾਂ ਨਾਲ ਸਮਝੌਤੇ ਕੀਤੇ ਹੈ, ਉਹਨਾਂ ਨਾਲ ਸਮਝੌਤੇ ਕੀਤੇ ਹੈ, ਹੁਣ ਜਿਹੜੇ ਨਵੇਂ ਕੋਈ ਟੈਂਡਰ ਦਿੱਤੇ ਹੈ ਰਿਲਾਇੰਸ ਵਾਲਿਆਂ ਨੇ ਵੀ ਹੋਰ ਕਾਫੀ ਘੱਟ ਦਿੱਤੇ ਹੈ। ਠੀਕ ਹੈ। ਜੇ ਆਪਾਂ ਕਹੀਏ ਮਹਿੰਗਾਈ ਵੱਧ ਰਹੀ ਹੈ ਤੇ ਉਸ ਸਮੇਂ ਤਾਂ ਇਸ ਤੋਂ ਵੀ ਘੱਟ ਹੋਣੀ ਚਾਹੀਦੀ ਸੀ। ਠੀਕ। ਜੇ ਅਸੀਂ ਇਹ ਕਹਿੰਦੇ ਹਾਂ ਵੀ ਉਹ ਸਮਝੌਤੇ ਗਲਤ ਸੀ ਤੇ ਉਹਦੇ ਵਿੱਚ ਕੋਈ ਗੜਬੜਾ ਤੇ ਕੈਪਟਨ ਸਰਕਾਰ ਨੇ 2.5 ਸਾਲ ਕਿਉਂ ਲੰਘਾਏ, ਠੀਕ ਹੈ, ਅਸੀਂ ਸਮਝਦੇ ਕਿ ਦੋਵੇਂ ਪਹਿਲੀ ਸਰਕਾਰ ਤੇ ਸਰਕਾਰ ਦੋਵੇਂ ਜ਼ਿੰਮੇਵਾਰ ਹੈ, ਭਾਵੇਂ ਉਹ ਆਰਥਿਕ ਕਾਰਨ ਭਾਵੇਂ ਉਹ ਧਾਰਮਿਕ ਤੌਰ ਤੇ ਜਿਹੜੇ ਜਿਵੇਂ ਇਸੇ ਤੇ ਹੁਣ ਕਿੰਨੇ ਦਿਨ ਹੋ ਗਏ CBI ਦੇ ਕੈਪਟਨ ਸਾਹਿਬ ਨੂੰ ਤੁਰੰਤ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ। ਉਹਨੇ ਬਰਗਾੜੀ ਦੇ ਮੋਰਚੇ ਦੇ ਉੱਤੇ ਹੀ ਬਰਗਾੜੀ ਦੀ ਘਟਨਾਵਾਂ ਦੇ ਉੱਤੇ ਲੋਕਾਂ ਨਾਲ ਵਾਅਦਾ ਕਰਕੇ ਸਾਦਾ ਜਾਇਆ, ਇਹਦੇ ਬਾਰੇ ਚ ਮੈਂ ਫੇਰ ਬੇਨਤੀ ਕਰਾਂ ਸਾਡੇ ਕਾਫੀ ਸੱਜਣਾ ਮਿੱਤਰਾਂ ਨਾਲ, ਕਿਉਂਕਿ ਵਿਅਕਤੀਗਤ ਇੱਕ ਜਥੇਬੰਦੀ ਦਾ ਜਾਂ ਖੁਦ ਹੀ ਜਥੇਬੰਦੀਆਂ ਦਾ ਮਾਮਲਾ ਨੀ, ਇਹ ਮਾਮਲਾ ਇਨਸਾਫ ਦਾ, ਇਨਸਾਫ ਦਾ ਸੰਬੰਧ ਸਮੁੱਚੀ ਮਨੁੱਖਤਾ ਨਾਲ, ਧਰਮ ਦਾ, ਗੁਰੂ ਗ੍ਰੰਥ ਸਾਹਿਬ ਦਾ ਸੰਬੰਧ ਵੀ ਹੈ। ਅਸੀਂ ਇਹ ਸਮਝਦੇ ਹਾਂ ਕਿ ਤੁਹਾਡੀਆਂ ਰਾਵਾਂ ਵੀ, ਤੁਹਾਡਾ ਸਹਿਯੋਗ ਵੀ ਤੇ ਹਰ ਸਿੱਖ ਦਾ ਸਹਿਯੋਗ ਤੇ ਰਾਏ ਉਹ ਮਹੱਤਵਪੂਰਨ ਆ, ਤੇ ਅਸੀਂ ਜੋ ਵੀ ਸਾਡੇ ਕੱਲ ਦੇ ਉਹਦੇ ਚ ਅਸੀਂ ਪੰਥਕ ਜਥੇਬੰਦੀਆਂ ਦੇ ਨਾਲ ਨਾਲ ਗੈਰ ਸਿੱਖ ਜਥੇਬੰਦੀਆਂ ਵੀ ਉਹਨਾਂ ਨੂੰ ਸੱਦਾ ਦਿੱਤਾ ਹੈ।
ਉਹਨਾਂ ਦੇ ਬੁੱਧੀਜੀਵੀਆਂ ਨੂੰ ਵੀ ਸੱਦਾ ਦਿੱਤਾ ਹੈ, ਮੁਸਲਮਾਨਾਂ ਨੂੰ ਵੀ ਕੁਛ ਨੂੰ ਸੱਦਾ ਦਿੱਤਾ ਹੈ, ਹਿੰਦੂ ਭਾਈਚਾਰੇ ਦੇ ਕੁਛ ਵਿਦਵਾਨਾਂ ਨੂੰ ਵੀ ਸੱਦਾ ਦਿੱਤਾ ਹੈ ਤੇ ਉਹਨਾਂ ਸਾਰਿਆਂ ਨਾਲ ਜੋ ਸਾਂਝੀ ਰਾਇ ਬਣੀ ਕੱਲ ਅਸੀਂ ਲਾ ਸਕਦੇ ਤੁਹਾਡਾ ਇਲਾਕਾ। ਇੱਕ ਗੱਲ ਮੈਂ ਇਹ ਗੱਲ ਕਹਿਣੀ, ਮੈਂ ਇਹ ਕਹਿਣੀ ਚਾਹੁੰਦਾ ਗੱਲ, ਹਾਂਜੀ ਜ਼ਰੂਰ, ਇਹਨੂੰ ਲੰਬੀ ਲੜਾਈ ਅਸੀਂ ਲੜਾਂਗੇ। ਠੀਕ ਹੈ ਗੁਰਦੀਪ ਸਿੰਘ ਜੀ, ਤੁਸੀਂ ਬਠਿੰਡੇ ਨਾਲ ਸੰਬੰਧਿਤ ਹੋ, ਲੇਕਿਨ ਬਠਿੰਡਾ ਤੇ ਪਟਿਆਲਾ ਪਿਛਲੇ ਦਿਨਾਂ ਤੋਂ ਜਿਹੜੇ ਪਾਣੀ ਦੇ ਅਸੀਂ ਲੜ ਰਹੇ ਹਾਂ ਤੇ ਉੱਥੇ ਵੈਸੇ ਹੀ ਪਾਣੀ ਪਾਣੀ ਹੋਇਆ ਪਿਆ ਆ, ਤੇ ਗਾਂ ਜਿੱਦਾਂ ਇਹ ਵੀ ਚਿੰਤਾ ਕੀਤੀ ਜਾ ਰਹੀ ਹੈ ਕਿ ਜਿਹੜੀ ਐਸ ਵਾਈ ਐਲ ਨਹਿਰ ਦੀ ਅਸੀਂ ਰੌਲਾ ਪਾ ਰਹੇ ਹਾਂ ਵੀ ਉਹ ਤਾਂ ਅੰਦਰੋਂ ਅੰਦਰੀ ਪਾਣੀ ਤਾਂ ਆਲਰੇਡੀ ਹਰਿਆਣੇ ਨੂੰ ਪਹਿਲਾਂ ਹੀ ਦੇ ਦਿੱਤਾ ਆ, ਕਿਸੇ ਹੋਰ ਤਰੀਕੇ ਨਾਲ ਕੋਈ ਹੋਰ ਪਾਸੋਂ ਦੀ ਦਿੱਤਾ ਜਾ ਰਿਹਾ ਆ, ਇਹਨਾਂ ਬਾਰੇ ਤੁਸੀਂ ਸਾਵਧਾਨ ਹੈਗੇ ਹੋ ਜਾਂ ਕੀ ਕਰ ਰਹੇ ਹੋ ਪਾਣੀਆਂ ਬਾਰੇ? ਕੱਲ ਦਾ ਸਾਡਾ ਜਾਂਦਾ ਪਾਣੀ ਤੇ ਬਿਜਲੀ ਵੀ ਹੈ, ਬਿਜਲੀ ਵੀ ਹੈ ਤੇ ਪਾਣੀ ਵੀ। ਅੱਛਾ ਜੀ, ਪਾਣੀ ਬਾਰੇ ਜਿਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਜਾਂ ਇੱਕ ਪ੍ਰਭਾਵ ਆਮ ਦਿੱਤਾ ਜਾ ਰਿਹਾ ਦੇਸ਼ ਦੇ ਮੀਡੀਆ ਚ ਵੀ ਤੇ ਦੇਸ਼ ਦੇ ਲੋਕਾਂ ਨੂੰ ਵੀ ਤੇ ਪੰਜਾਬ ਦੇ ਲੋਕ ਧੱਕਾ ਕਰ। ਅੱਛਾ, ਮੈਂ ਦੋ ਗੱਲਾਂ ਤੁਹਾਡਾ ਬਹੁਤ ਸੰਖੇਪ ਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਆਪਣਾ ਪੱਖ ਰੱਖਣਾ ਚਾਹੁੰਦਾ। ਉਹ ਪੱਖ ਆ ਜਿਹੜਾ ਉਸ ਨੂੰ ਚੀਕਾ ਆਉਂਦਾ ਵਿਅਕਤੀਗਤ ਨੀ। ਹਾਂਜੀ, ਪਹਿਲੀ ਬੇਨਤੀ ਕਿ ਜਿਹੜਾ ਇੱਕ ਅੰਤਰਰਾਸ਼ਟਰੀ ਤੌਰ ਤੇ ਪ੍ਰਵਾਨਿਤ ਪਾਣੀਆਂ ਦੇ ਉੱਤੇ ਕਾਨੂੰਨ ਰਿਪੇਰੀਅਨ ਦਾ ਹੈ। ਰਿਪੇਰੀਅਨ ਦਾ ਲਾ ਦਾ ਮਤਲਬ ਜਿਸ ਸੂਬੇ ਦੇ ਵਿੱਚ ਦਰਿਆ ਵਗਦੇ ਉਹਦਾ ਹੱਕ ਹੈ, ਰਾਜਸਥਾਨ ਦਾ ਕੋਈ ਹੱਕ ਨੀ, ਕੋਈ ਦਰਿਆ ਨੀ ਨਾਲ ਲੱਗਦਾ। ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਕੱਢੀਆਂ, ਜਦੋਂ ਨਹਿਰ ਕੱਢੀ ਗਈ ਉਦੋਂ ਲਿਖਿਆ ਗਿਆ ਸੀ ਨੋਟੀਫਿਕੇਸ਼ਨ ਚ ਕਿ ਜਿਹੜੇ ਪੰਜਾਬ ਦੇ ਕਿਸਾਨ ਸਿੱਖ ਭਾਈਚਾਰਾ ਕਿਸਾਨ ਮੁੱਖ ਤੌਰ ਤੇ ਪਾਕਿਸਤਾਨ ਚ ਉੱਜੜ ਕੇ ਆਏ ਆ, ਉਹਨਾਂ ਨੂੰ ਅਸੀਂ ਰਾਜਸਥਾਨ ਚ ਜ਼ਮੀਨਾਂ ਆਲਾਤ ਕਰਾਂਗੇ, ਉਹਨਾਂ ਲਈ ਇਹ ਪਾਣੀ ਦਿੱਤਾ ਜਾ ਰਿਹਾ। ਹੋਇਆ ਇਹਦੇ ਉਲਟ, ਨਹਿਰ ਕੱਢ ਦਿੱਤੀ ਗਈ, ਉੱਥੇ ਜ਼ਮੀਨ ਖਰੀਦਣ ਤੇ ਪਾਬੰਦੀ ਲਾ ਦਿੱਤੀ ਗਈ। ਦੂਜੀ ਗੱਲ, ਪਿੱਛੇ ਜੀ ਇੱਕ ਕਿਤਾਬ ਛਪੀ ਹੈ, ਹਾਂਜੀ, ਉਸ ਕਿਤਾਬ ਦੇ ਵਿੱਚ ਅੰਕੜਿਆਂ ਤੇ ਗੁਰਦੁਆਰਿਆਂ ਨਾਲ ਤੇ ਮਾਲੀਆ ਜਿਹੜਾ ਦਿੱਤਾ ਜਾ ਰਿਹਾ ਸੀ ਉਹਦੇ ਨਾਲ ਸਿੱਧ ਕੀਤਾ ਹੈ, ਹਰੇਕ ਜ਼ਿਲ੍ਹੇ ਦੇ ਉਹ ਮਾਲੀਆ ਤੇ ਗੁਰਦੁਆਰੀ ਨੰਬਰ ਦੇ ਕੇ ਤੇ ਸਾਨੂੰ ਇੱਕ ਵਾਰ ਤਿੰਨ ਜ਼ਮੀਨ ਮਿਲੀ ਹੈ ਉਧਰ ਨਾਲ ਪੰਜਾਬ ਦੇ ਕਿਸਾਨਾਂ ਨੂੰ ਪਾਕਿਸਤਾਨ ਚੋਂ, ਜਿਹੜੇ ਸਾਡੀ ਬੇਇੱਜ਼ਤੀ ਹੋਈ, ਕਤਲੇਆਮ ਹੋਇਆ, ਲੱਖਾਂ ਲੋਕਾਂ ਦਾ ਕਤਲੇਆਮ ਹੋਇਆ। ਸਾਡੇ ਇਤਿਹਾਸ ਤੋਂ ਤੁਸੀਂ ਜਾਣੂ ਹੋ, ਪਵਿੱਤਰ ਗੁਰਧਾਮਾਂ ਦਾ ਵਿਛੋੜਾ ਹੋਇਆ, ਧੀਆਂ ਭੈਣਾਂ ਦੀ ਬੇਅਦਬੀ ਹੋਈ, ਉਹਦੀ ਬਜਾਏ ਉਹ ਇੱਕ ਨਾਲ ਹੈ ਹੀ ਹੈ। ਇਹਦੇ ਨਾਲ ਦੀ ਨਾਲ ਕਿ ਸਾਡੀ ਆਰਥਿਕ ਤੌਰ ਤੇ ਬੜੀ ਭਾਰੀ ਲੁੱਟ ਹੋਈ, ਤੀਜੇ ਛਿੱਟੇ ਜ਼ਮੀਨਾਂ ਮਿਲ ਗਈਆਂ। ਰਾਜਸਥਾਨ ਦਾ ਪੰਜਾਬ ਦੇ ਉੱਤੇ ਕੋਈ ਪਾਣੀ ਦਾ ਅਧਿਕਾਰ ਨਹੀਂ, ਤੇ ਬਹੁਤ ਸਮੇਂ ਤੱਕ ਉਹ ਸਾਨੂੰ ਪੈਸਾ ਦਿੰਦਾ ਰਿਹਾ ਪਾਣੀ ਦਾ, ਤੇ ਹੁਣ ਉਹ ਪੈਸੇ ਬੰਦ ਕਰ ਦਿੱਤਾ ਗਿਆ। ਦੂਜੀ ਗੱਲ, ਰਿਪੇਰੀਅਨ ਲਾ ਦੇ ਮੁਤਾਬਕ ਨਾ ਹਰਿਆਣੇ ਦਾ ਜਾਂ ਰਾਜਸਥਾਨ ਦਾ ਕੋਈ ਹੱਕ ਨੀ, ਜੇ ਪਾਣੀ ਦਿੱਤਾ ਤਾਂ ਉਹਨਾਂ ਨੂੰ ਕੀਮਤ ਦੇਣੀ ਚਾਹੀਦੀ ਹੈ। ਨੰਬਰ ਦੋ, ਜੇ ਅਸੀਂ ਸਰਕਾਰ ਦਾ ਇੱਕ ਪੱਖ ਜਿਹੜਾ ਉਹ ਕਹਿੰਦੇ ਆ ਉਹ ਵੀ ਲੈ ਲਈਏ, ਕੋਈ ਵੰਡ ਹੁੰਦੀ ਹੈ, ਦੋ ਭਰਾਵਾਂ ਦੀ ਵੰਡ ਹੁੰਦੀ ਹੈ, ਅਸੀਂ ਪਰਿਵਾਰ ਦੇ ਵਿੱਚ ਜੋ ਸਾਡੀ ਜਾਇਦਾਦ ਹੁੰਦੀ ਹੈ ਉਹਦੀ ਵੰਡ ਕਰਦੇ ਹਾਂ, ਹਾਂਜੀ, ਉਸ ਵੰਡ ਦੇ ਵਿੱਚ ਜਿਵੇਂ ਹਰਿਆਣੇ ਦੀ ਗਿਣਤੀ ਹਰ ਪੱਖ ਤੋਂ ਭੂਗੋਲ ਪੱਖ ਤੋਂ ਉਹਨਾਂ ਨੂੰ 40% ਮੰਨਿਆ ਗਿਆ ਤੇ ਪੰਜਾਬ ਨੂੰ 60%, ਜਿਹੜਾ ਟੋਟਲ ਪਾਣੀ ਆ ਉਹ 40% ਵੱਧ ਪਹਿਲੇ ਹਰਿਆਣੇ ਨੂੰ ਜਾ ਰਹੇ। ਹਰਿਆਣਾ ਕਹਿੰਦਾ ਵੀ ਜਿਹੜਾ ਸਾਡੀ ਨਹਿਰ ਆ ਜਿਵੇਂ ਯਮੁਨਾ ਨਹਿਰ ਉਹਦਾ ਵਿੱਚ ਗਿਣੋ ਹੈ। ਜੇ ਆਪਾਂ ਦੋ ਭਰਾਵਾਂ ਦੀ ਗੱਲ ਹੁੰਦੀ ਹੈ, ਜੇ ਕੋਈ ਜ਼ਮੀਨ ਕਿਸੇ ਭਰਾ ਕੋਲੇ ਆ ਜਾਂ ਕੋਈ ਟ੍ਰੈਕਟਰ ਆ ਜਾਂ ਕੋਈ ਹੋਰ ਸਾਂਝੀ ਚੀਜ਼ ਆ, ਉਹ ਕਹਿੰਦੇ ਵੀ ਤੇਰੇ ਕੋਲ ਆ ਮੇਰੇ ਕੋਲ ਆ, ਉਹ ਜਿਹੜੀ ਚੀਜ਼ ਹਰਿਆਣੇ ਦੇ ਕੋਲੇ ਆ ਜਿਹੜਾ ਪਾਣੀ ਉਹਨੂੰ ਗਿਣਦੇ ਨੀ, ਤੁਸੀਂ ਸਾਡੇ ਆਪਦੇ ਚੋਂ ਸਾਨੂੰ ਦਿਓ। ਇਹ ਬਿਲਕੁਲ ਬੇਇਨਸਾਫੀ ਗੱਲ ਹੈ। ਇਹ ਪ੍ਰਭਾਵ ਜਿਹੜਾ ਮੀਡੀਆ ਰਾਹੀਂ ਜਾਂ ਸਾਡੀ ਲੀਡਰਸ਼ਿਪ ਵੀ ਇਸ ਪੱਖ ਨੂੰ ਮਜ਼ਬੂਤੀ ਨਾਲ ਨਹੀਂ ਰੱਖ ਸਕੀ,
ਠੀਕ ਹੈ, ਜਿਹਨਾਂ ਕੋਲ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਦੀਆਂ ਸੰਸਥਾਵਾਂ ਸੀ, ਤੁਹਾਨੂੰ ਤਾਂ ਪਾਣੀ ਪਹਿਲੇ ਤੋਂ ਵੱਧ 40% ਤੋਂ ਵੱਧ ਜਾ ਰਿਹਾ, 50% ਤੋਂ ਵੱਧ ਜਾ ਰਿਹਾ। ਠੀਕ ਹੈ, ਇਹ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਤੱਥ ਆ, ਮੈਂ ਕੋਈ ਆਮ ਇਹ ਨੀ ਗਾ ਮੈਂ ਉਂਝ ਹੀ ਗੱਲ ਕਰ ਰਿਹਾ। ਇਸ ਕਰਕੇ ਪਾਣੀ ਦਾ ਉੱਧਰ ਕੋਈ ਅਧਿਕਾਰ ਸਵਾਲ ਹੀ ਪੈਦਾ ਨੀ ਹੁੰਦਾ ਕਿ ਕੋਈ ਇੱਕ ਵੀ ਬੂੰਦ ਪੰਜਾਬ ਦੇ ਵਿੱਚ ਹੋਰ ਪਾਣੀ ਦਿੱਤਾ ਜਾਵੇ, ਪਹਿਲਾਂ ਹੀ ਵਿਤਕਰਾ ਬੜਾ ਭਾਰੀ ਹੋ ਰਿਹਾ। ਗੁਰਦੀਪ ਸਿੰਘ ਜੀ, ਸਰਕਾਰਾਂ ਦੇ ਜਿੱਥੇ ਵਿਤਕਰਾ ਜਾਂ ਆਪਾਂ ਪਹਿਲਾਂ ਬਾਦਲ ਸਰਕਾਰ ਜਾਂ ਬਾਦਲਾਂ ਦੇ ਵੇਲੇ ਦੀਆਂ ਸਰਕਾਰਾਂ ਲਾ ਲਈਏ ਜਾਂ ਕਾਂਗਰਸ ਵੇਲੇ ਦੀਆਂ ਲਾ ਲਈਏ, ਜੇ ਉਹ ਨਹੀਂ ਵੀ ਕੁਛ ਕਰ ਸਕਦੀਆਂ ਤੇ ਜਿਹੜੇ ਪੰਜਾਬ ਦੇ ਲੋਕ ਆ ਉਹ ਇਹ ਕਾਨੂੰਨੀ ਲੜਾਈ ਨਹੀਂ ਲੜ ਸਕਦੇ, ਜਾਂ ਅਸੀਂ ਕਿਤੇ ਨਾ ਕਿਤੇ ਲੜਾਈ ਕਾਨੂੰਨੀ ਲੜਾਈ ਲੜਨ ਚ ਫੇਰ ਰਹੇ ਹਾਂ, ਜਾਂ ਸਾਡੇ ਨਾਲ ਵੈਸੇ ਇਨਸਾਫ਼ ਨਹੀਂ ਹੋ ਰਿਹਾ? ਉਹ ਚ ਮੈਂ ਇੱਕ ਬੇਨਤੀ ਕਰਾਂ ਭਾਈ ਦਿਗਵੀਰ ਸਿੰਘ ਜੀ, ਹਾਂਜੀ, ਜੇ ਰੁਕਿਆ ਤਾਂ ਇੱਕ ਲੜਾਈ ਨਾਲ ਹੀ ਰੁਕੇ। ਠੀਕ, ਤੇ ਅਸੀਂ ਜਿੰਨਾ ਤੱਥਾਂ ਦੇ ਆਧਾਰ ਦੇ ਉੱਤੇ ਜਿਹੜੀ ਸਾਡੀ ਸਮੁੱਚੇ ਕੌਮ ਦੇ ਵਿੱਚ ਲਿਖਤ ਪੜ੍ਹਤ ਵਾਲਾ ਕਾਨੂੰਨੀ ਪੱਖ ਦੀ, ਉਹਦੇ ਚ ਅਸੀਂ ਸਾਰੇ ਜ਼ਿੰਮੇਵਾਰ ਆ, ਇੱਕ ਘਾਟ ਆ, ਇਹ ਘਾਟ ਸਾਨੂੰ ਮੰਨਣ ਤੋਂ ਵੀ ਇਨਕਾਰੀ ਨਹੀਂ ਹੋਣਾ ਚਾਹੀਦਾ, ਅਸੀਂ ਹੋਰ ਬਹੁਤ ਪਾਸੇ ਧਿਆਨ ਦਿੰਦੇ ਹਾਂ। ਠੀਕ, ਇੱਧਰ ਨੂੰ ਸਾਡੇ ਸਾਰੀਆਂ ਸੰਸਥਾਵਾਂ ਦਾ ਹੀ ਘੱਟ ਧਿਆਨ ਆ, ਜਿੰਨਾ ਧਿਆਨ ਦੇਣਾ ਚਾਹੀਦਾ। ਜਿਹੜੀ ਮੈਂ ਗੱਲ ਇਹ ਕਹਿ ਰਿਹਾ ਤੁਹਾਨੂੰ ਵੀ, ਜਿਹੜੀਆਂ ਵੱਡੀਆਂ ਸੰਸਥਾਵਾਂ ਜਾਂ ਜਿਹਨਾਂ ਕੋਲ ਜ਼ਿੰਮੇਵਾਰੀ ਆ ਜਾਂ ਜਿਹਨਾਂ ਕੋਲ ਸਾਧਨ ਆ, ਹਾਂਜੀ, ਸਾਡੇ ਵਰਗੀਆਂ ਸੰਸਥਾਵਾਂ ਕੋਲ ਕੋਈ ਸਾਧਨ ਨੀ, ਆਉਣ ਜਾਣ ਦੇ ਕਿਰਾਏ ਹੋਰ ਇਹਨਾਂ ਵੱਲੋਂ ਵੀ ਸਾਡੀਆਂ ਸਾਰੀਆਂ ਸੰਸਥਾਵਾਂ ਤੰਗ ਆ ਜੀ। ਠੀਕ, ਉਹਨਾਂ ਨੇ ਉਹ ਜ਼ਿੰਮੇਵਾਰੀ ਨਹੀਂ ਨਿਭਾਈ, ਉਹਨਾਂ ਦੀ ਵੱਡੀ ਜ਼ਿੰਮੇਵਾਰੀ ਸੀ। ਠੀਕ, ਜਿੰਨੀ ਸਾਡੀ ਜ਼ਿੰਮੇਵਾਰੀ ਸ਼ਾਇਦ ਅਸੀਂ ਵੀ ਉਹਦੇ ਚ ਓਨੀ ਨਾ ਨਿਭਾ ਸਕੇ ਹੋਈ ਹੈ ਜਿੰਨੀ ਸਾਨੂੰ ਨਿਭਾਉਣੀ ਚਾਹੀਦੀ। ਦੂਜੀ ਮੈਂ ਬੇਨਤੀ ਕਰਾਂ, ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਜਿਹੜਾ ਅਕਾਲੀ ਦਲ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਹਦੇ ਤੇ ਚੋਣ ਲੜੀ, ਉਹਦੇ ਵਿੱਚ ਇੱਕ ਮਰਦ ਸੀ ਲਿਖ ਕੇ ਦਿੱਤਾ ਗਿਆ ਸੀ 26 ਜਨਵਰੀ 1986 ਤੱਕ SYL ਨਹਿਰ ਪੂਰੀ ਕਰਕੇ ਦਿੱਤੀ ਜਾਵੇ। ਅੱਛਾ ਜੀ, ਉਸ ਤੋਂ ਪਹਿਲਾਂ ਬਾਦਲ ਦੀ ਸਰਕਾਰ ਵਿੱਚ 2 ਕਰੋੜ ਰੁਪਇਆ ਬਾਦਲ ਸਾਹਿਬ ਦੇ ਖਜ਼ਾਨੇ ਚ ਆਇਆ। ਉਸ ਸਮੇਂ ਬਾਦਲ ਨੇ ਇਹ ਜਦੋਂ ਮਨਜ਼ੂਰ ਕੀਤੀ, ਹਰਿਆਣੇ ਦੀ ਅਸੈਂਬਲੀ ਦੇ ਵਿੱਚ ਬਾਦਲ ਸਾਹਿਬ ਦਾ ਧੰਨਵਾਦ ਕੀਤਾ ਗਿਆ ਵੀ ਉਹਨਾਂ ਨੇ ਇੱਕ ਵੱਡੇ ਭਰਾ ਦਾ ਰੋਲ ਅਦਾ ਕੀਤਾ ਕਿ ਸਾਡੀ ਨਹਿਰ ਵਾਲੀ ਸਾਨੂੰ ਸਹਿਮਤੀ ਦਿੱਤੀ। ਇਹ ਕਾਨੂੰਨੀ ਮਤੇ ਆ। ਠੀਕ, ਉਹ ਜਿਹੜੇ ਜੇ ਬੰਦ ਕਰਵਾਏ ਜਦੋਂ ਨਹਿਰ ਸ਼ੁਰੂ ਹੋ ਗਈ ਸੀ, ਤੇ ਅਕਾਲੀ ਦਲ ਜਦੋਂ ਨੌਜਵਾਨ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਰਹੇ ਸੀ, ਗੋਲੀ ਚਲਾ ਰਹੇ ਸੀ, ਪੁਲਿਸ ਮੁਕਾਬਲੇ ਬਣਾ ਰਹੇ ਸੀ ਬਰਨਾਲਾ ਸਰਕਾਰ, ਤੇ ਉਹ ਨਹਿਰ ਬੰਦ ਕੀਤੀ ਤਾਂ ਉਹਦਾ ਜਿਹੜਾ ਕਾਰਨ ਆ ਉਹ ਖਾੜਕੂ ਸਿੰਘਾਂ ਵੱਲੋਂ ਕੀਤੀਆਂ ਕਾਰਵਾਈਆਂ ਹੀ ਆ, ਜਿਹਦੇ ਕਰਕੇ ਅੱਜ ਤੀਕ ਨਹਿਰ ਚੱਲ ਰਹੀ। ਅਕਾਲੀ ਦਲ ਤਾਂ ਪੂਰੀ ਸ਼ਕਤੀ ਨਾਲ ਉਹਨੂੰ ਕਢਾਉਣ ਤੇ ਲੱਗਿਆ ਹੋਇਆ। ਠੀਕ, ਅਕਾਲੀ ਸਰਕਾਰ ਚ ਉਸ ਵੇਲੇ ਬਾਦਲ ਜਿਹੜੀਆਂ ਹੁਣ ਵੀ ਸਰਕਾਰਾਂ ਦਾ ਜਿਹੜਾ ਰਵੱਈਆ ਆ ਇਹੀ ਆ ਬਈ ਨਹਿਰ ਕੱਢਣੀ ਚਾਹੁੰਦੀਆਂ ਉਹ, ਹਾਂ ਉਹਦੇ ਚ ਅਕਾਲੀ ਕਾਂਗਰਸ ਠੀਕ ਤੇ ਬੀਜੇਪੀ ਤਿੰਨੇ ਇੱਕ ਮੱਤ ਹੈ ਜੀ। ਤਿੰਨੇ ਕਾਂਗਰਸ ਨੇ ਉਸ ਸਮੇਂ ਆਪਣੇ ਕਪੂਰੀ ਨਹਿਰ ਦਾ ਜਿਹੜਾ ਟੱਕ ਇੰਦਰਾ ਗਾਂਧੀ ਨੇ ਲਾਇਆ। ਹਾਂਜੀ, ਇੰਦਰਾ ਗਾਂਧੀ ਨੇ ਜਿਹੜੇ ਇਹ ਸਾਡੇ ਗੈਰ ਇਨਸਾਫ਼ੀ ਜਿਹੜੇ ਫਤਵੇ ਦਿੱਤੇ ਪਾਣੀ ਦੇ ਸੰਬੰਧ ਦੇ ਵਿੱਚ, ਅਕਾਲੀ ਉਹਨੂੰ ਮਨਜ਼ੂਰ ਕਰਦੇ ਰਹੇ, ਬੀਜੇਪੀ ਦਾ ਵੀ ਉਹੀ ਰੋਲ ਹੈ। ਹਾਂਜੀ, ਪੰਜਾਬ ਨੂੰ ਤੇ ਘੱਟ ਗਿਣਤੀਆਂ ਤੇ ਸਿੱਖਾਂ ਨੂੰ ਇਨਸਾਫ਼ ਦੇਣ ਦੇ ਵਿੱਚ ਤਿੰਨੇ ਜਮਾਤਾਂ ਸਾਂਝੇ ਤੌਰ ਤੇ ਇੱਕ ਮੱਤ ਹਨ। ਠੀਕ ਹੈ, ਗੁਰਦੀਪ ਸਿੰਘ ਜੀ, ਆਖਿਰ ਦੇ ਵਿੱਚ ਮੈਂ ਕੋਈ ਸਵਾਲ ਨਾ ਪੁੱਛਿਆ ਹੋਵੇ, ਲੇਕਿਨ ਤੁਸੀਂ ਸਿੱਖ ਮੁੱਦਿਆਂ ਦੇ ਸੰਬੰਧ ਚ ਕੁਝ ਹੋਰ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ। ਸਵਾਲ ਪੁੱਛਿਆ ਸਮੁੱਚੀ ਕੌਮ ਦੇ ਲਈ ਚਿੰਤਾ ਦਾ ਸਵਾਲ। ਹਾਂਜੀ, ਮੈਂ ਇੱਕ ਜੋ ਹਾਲਾਤ ਸਾਰੇ ਜਿਹੜੇ ਅੱਜ ਦੇ ਦਿੱਲੀ ਦੀਆਂ ਸਰਕਾਰਾਂ ਦੇ, ਕੇਂਦਰ ਦੀ ਸਰਕਾਰ ਦੇ ਹਾਲਾਤ ਆ, ਹਾਂਜੀ, ਤੇ ਪੰਜਾਬ ਦੀ ਸਰਕਾਰ ਦੇ ਵੀ ਹਾਲਾਤ ਆ ਜੋ, ਹਾਂਜੀ, ਉਹ ਇਸ ਤਰ੍ਹਾਂ ਲੱਗ ਰਿਹਾ ਕਿ ਸਾਡੀ ਕੌਮ ਲਈ ਆਉਣ ਵਾਲੇ ਸਮੇਂ ਚ ਸਮੱਸਿਆਵਾਂ ਦੇ ਵਿੱਚ ਵਾਧਾ ਹੋਵੇਗਾ। ਠੀਕ, ਦੂਸਰੀ ਮੈਂ ਬੇਨਤੀ ਕਰਾਂ ਕਿ ਅਸੀਂ ਜਥੇਬੰਦਕ ਤੌਰ ਤੇ
ਤੇ ਆਪਸੀ ਵਿਸ਼ਵਾਸ ਦੇ ਤੌਰ ਤੇ ਵੀ ਕੌਮ ਦੇ ਵਿੱਚ ਬੜੇ ਵੱਡੇ ਵਖੇਰੇ ਪੈਦਾ ਹੋ ਰਹੇ ਆ। ਸਾਡੇ ਕੋਲ ਜਿਹੜੀ ਇੱਕ ਥੱਲੇ ਰੋਸ ਵਾਲੀ ਜਜ਼ਬੇ ਵਾਲੀ ਸ਼ਕਤੀ ਵਾਲੀ ਜਨਤਕ ਸ਼ਕਤੀ ਦੀ ਕੋਈ ਘਾਟ ਨਹੀਂ, ਪਰ ਉਹਨੂੰ ਕਿਸੇ ਚੈਨਲਾਈਜ਼ ਕਰਨ ਲਈ, ਉਹਨੂੰ ਕੋਈ ਸੰਗਠਨ ਕਰਨ ਲਈ ਉਸ ਤਰ੍ਹਾਂ ਦੇ ਕੋਈ ਸਿਸਟਮ ਦੇ ਵਿੱਚ ਬੜੀ ਵੱਡੀਆਂ ਘਾਟਾਂ ਸਾਡੇ ਸਾਹਮਣੇ। ਠੀਕ, ਇੱਕ ਵਿਸ਼ਵਾਸ ਦੇ ਵਿੱਚ ਵੀ ਥੱਲੇ ਤੋਂ ਟੁੱਟਿਆ। ਮੈਂ ਇਹਦੇ ਚ ਸਮੂਹ ਸਾਧ ਸੰਗਤ ਦੀ ਚਰਨਾਂ ਚ ਬੜੀ ਨਿਮਰਤਾ ਨਾਲ ਬੜੇ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਗੱਲ ਕੇਵਲ ਲਫ਼ਜ਼ਾਂ ਦੀ ਨਹੀਂ, ਵੀ ਅਸੀਂ ਕੀ ਕਹਿਣਾ ਚਾਹੁੰਦੇ, ਨਾ ਗੱਲ ਦਲੀਲਾਂ ਦੀ ਹੈ। ਅਕਾਲ ਪੁਰਖ ਸਤਿਗੁਰੂ ਜਾਣੀ ਜਾਣਾ, ਸਤਿਗੁਰੂ ਦੇ ਚਰਨ, ਸਤਿਗੁਰੂ ਸਮਰੱਥ ਹੈ। ਹਾਂਜੀ, ਇਹਨਾਂ ਸਮੱਸਿਆਵਾਂ ਦੇ ਉੱਤੇ ਸਾਡੇ ਕੌਮ ਦੇ ਉੱਤੇ ਤਰਸ ਕਰਕੇ ਕਿਰਪਾ ਦਾ ਹੱਥ ਰੱਖਣ ਤੇ ਸਾਡੀ ਜੋ ਸੱਚੀ ਸੁੱਚੀ ਅਗਵਾਈ ਹੈ, ਜਿਹਨਾਂ ਦੇ ਮਨ ਚ ਸੱਚੀ ਭਾਵਨਾ ਹੈ, ਜਿਹੜੇ ਸੱਚੇ ਆਗੂ ਆ, ਜੋ ਕੌਮ ਦਾ ਕੁਛ ਦਿਲੋਂ ਕਰਨਾ ਚਾਹੁੰਦੇ ਆ, ਉਹਨਾਂ ਨੂੰ ਸਤਿਗੁਰੂ ਆਪ ਕਿਰਪਾ ਕਰਕੇ ਸੰਸਾਰ ਦੇ ਸਾਹਮਣੇ ਅੱਗੇ ਲੈ ਕੇ ਆਉਣ, ਕਿਰਪਾ ਕਰਨ। ਤੇ ਸੰਗਤ ਇਸ ਲਈ ਅਰਦਾਸ ਜ਼ਰੂਰ ਕਰੇ ਕਿ ਸੱਚ ਦੇ ਪੁਜਾਰੀ ਕੌਮ ਨੂੰ ਸਮਰਪਿਤ ਆ ਕੇ ਸਾਡੀ ਅਗਵਾਈ ਕਰਨ। ਗੁਰੂ ਜਾਣੀ ਜਾਣ ਹੈ, ਗੁਰੂ ਸਮਰੱਥ ਹੈ। ਸੰਗਤ ਦੀਆਂ ਅਰਦਾਸਾਂ ਸੁਣ ਕੇ ਇਹ ਜੋ ਘਾਟਾਂ ਸਾਡੇ ਪਿੰਡ ਜ਼ਰੂਰ ਦੂਰ ਹੋਣਗੀਆਂ। ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।